ਹੁੰਦੇ ਤੂੰ ਕਹ ਸਾਈਂ ਰੱਬ ਇਹੋ ਤਾਂ ਦੱਸਣਾ ਚਾਹੁੰਦੇ ਇਹ ਬੇਈਮਾਨ ਅੱਲਾ ਦੇ ਕਈ ਪਿਆਰੇ ਦੇ ਮਿਜ਼ਾਰ ਤੇ ਗੁੰਬਦ ਨਹੀਂ ਲਾਉਣੇ ਦੇ ਰੱਬ ਫਰਮਾਉਂਦੇ ਤਾਂ ਮੈਂ ਨਬੀ ਤਾਂ ਨਬੀ ਜੇ ਨਬੀ ਦੇ ਪੈਰਾਂ ਦੇ ਨਿਸ਼ਾਨਾਂ ਤੇ ਗੁੰਬਦ ਨਾ ਬਣਵਾਵਾਂ ਮੈਂ ਕੋ ਰੱਬ ਤੋਂ ਆ ਮੈਂ ਕਿਹਾ ਕਿਆ ਮਤਲਬ ਜਾਣੇ ਇੱਥਾਂ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੇ ਕਦਮ ਦਾ ਨਿਸ਼ਾਨ ਹੈ ਮੈਂ ਕਿਹਾ ਮਾਲਕਾ ਤੇਰੀ ਬੇਨਿਆਜ਼ੀ ਐ ਉੱਥੇ ਹੀ ਰੁਕਵਾਇਆ ਗੁੰਬਦ ਉੱਥੇ ਹੁਣ ਗੁੰਬਦ ਇਵੇਂ ਜੋ ਬੰਦਾ ਨਿਕਲਣ ਪਵੇ ਸਫਾ ਮਰਵਾ ਵਾਲੇ ਪਾਸੇ ਇੱਥੇ ਤੇ ਨਮਾਜ਼ ਪੜ੍ਹੋ ਮੈਂ ਕਿਹਾ ਜ਼ਰਾ ਰਸ਼ ਬੜਾ ਥੋੜ੍ਹਾ ਪਰਾਂ ਸੀ ਕਿ ਨਾ ਨਾ ਇੱਥਾਂ ਪੜ੍ਹ ਮੈਂ ਕਿਹਾ ਯਾਰ ਉਹ ਨਾ ਇੱਥਾਂ ਪੜ੍ਹ ਮੈਂ ਕਿਹਾ ਕਿੱਥਾਂ ਲਿਖੇ ਜਾਣੇ ਕੁਰਾਨ ਬੜੀ ਗੱਲ ਮੈਂ ਕਿਹਾ ਬਾਈ ਪੜ੍ਹ ਲਈ ਨਮਾਜ਼ ਮੈਂ ਕਿਹਾ ਮਾਲਕਾ ਤੇਰੀ ਬੇਨਿਆਜ਼ੀ ਹੈ ਅੱਜ ਜਿੱਥੇ ਇਬਰਾਹੀਮ ਦੇ ਕਦਮ ਲੱਗੇ ਉੱਥੇ ਤੇ ਨਮਾਜ਼ਾਂ ਪੜ੍ਹਾਈ ਜਾਣਾ ਤੇ ਜਿੱਥੇ ਹਬੀਬ ਬੈਠਾ ਹੋ ਚਾਸ ਨਹੀਂ ਆਈ ਯਾਰ ਜਿੱਥਾਂ ਯਾਰ ਆਪ ਬੈਠੇ ਸੀ ਉਸ ਮਦੀਨੇ ਦਾ ਵੀ ਤੇ ਕੋਈ ਮੁਕਾਮ ਹੈ ਨਾ ਜਿਹਨਾਂ ਮਿਲਾਦ ਦੀ ਮਹਿਫਲ ਸਜਾਈ ਹੈ ਨਾ ਪੂਰੀ ਕਮੇਟੀ ਉਹ ਮੈਂ ਹਦੀਆ ਪੇਸ਼ ਕਰਦਾ ਪਿਆ ਮੁਰਸ਼ਿਦ ਜੋੜਾਂ ਦਾ ਸਦਕਾ ਜਿਹੜੇ ਜਣ ਨੌਜਵਾਨਾਂ ਬਜ਼ੁਰਗਾਂ ਦੀ ਮਿਲਾਦ ਵਿੱਚ ਮਹਿਫਲ ਹਿੱਸਾ ਸ਼ਾਮਿਲ ਫਰਮਾ ਉਹਨਾਂ ਕੋ ਹਦੀਆ ਜੁਮਲਾ ਜੇ ਪਸੰਦ ਆਵੇ ਤਾਂ ਬੋਲਣ ਦੇ ਬਖੀ ਦੇਣ ਕਰਾਏ ਮੈਂ ਕਿਹਾ ਇਬਰਾਹੀਮ ਅਲੈਹਿਸ ਸਲਾਮ ਸਾਰੀ ਜ਼ਿੰਦਗੀ ਇੱਕੋ ਪੱਥਰ ਤੇ ਗੁਜ਼ਾਰੀ ਹੈ ਜਣੇ ਕੋਈ ਨਾ ਬਾਈ ਜਾਤ ਗਏ ਤੇ ਮੈਂ ਕਿਹਾ ਕੋਈ ਬਹਿ ਕਦਮਾਂ ਦਾ ਨਿਸ਼ਾਨ ਹੀ ਹੈ ਜਣੇ ਕੋਈ ਨਾ ਮੈਂ ਕਿਹਾ ਕਹੀਂ ਬਹਿ ਨਬੀ ਦੇ ਕਦਮ ਦਾ ਨਿਸ਼ਾਨ ਤੇ ਗੁੰਬਦ ਬਣੇ ਜਣੇ ਕੋਈ ਨਾ ਮੈਂ ਕਿਹਾ ਇੱਦਾਂ ਕਿਉਂ ਬਣੇ ਉਹ ਆਖਿਆ ਇਬਰਾਹੀਮ ਅਲੈਹਿਸ ਸਲਾਮ ਸਮੇਤ ਸਾਰੇ ਨਬੀ ਪੂਰੀ ਦੁਨੀਆ ਤੇ ਟੁਰਦੇ ਰਹਿ ਗਏ ਪਰ ਕਈ ਨਬੀ ਦੇ ਕਦਮਾਂ ਦੇ ਨਿਸ਼ਾਨਾਂ ਤੇ ਰੱਬ ਨੇ ਗੁੰਬਦ ਨਹੀਂ ਬਣਵਾਇਆ